दया करो किच मेरे बाहो डूब दे पाथर तारी दया करो किच मेरे बाहो डूब दे Amen.
ਸਮੁੰਦਰ ਸਾਗਰ ਤੀਰ ਭਰਿਆ
ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਕੱਤ ਕੀ ਮਾਈ ਬਾਪ ਕੱਤ ਤੇਰਾ ਕੀ ਗੁਰਸਾਨੋ ਹਮ ਆਏ। ਇਸ ਸੰਸਾਰ ਦੇ ਵਿੱਚ ਜਿਤਨੇ ਵੀ ਸਾਡੇ ਰਿਸ਼ਤੇਦਾਰੀ ਬਣੀ ਹੋਈ ਹੈ, ਰਿਸ਼ਤੇ ਬਣੇ ਹੋਏ ਨੇ, ਕੋਈ ਪਿਤਾ ਹੈ, ਕੋਈ ਮਾਤਾ ਹੈ, ਕੋਈ ਭੈਣ ਹੈ, ਕੋਈ ਭਰਾ ਹੈ, ਸਰਬ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਫਰਮਾਨ ਕਰਦੇ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ, ਕਿ ਪੂਰਵਲੇ ਕਰਮਾਂ ਦਾ ਫਲ ਹੈ, ਪੂਰਵਲੇ ਕਰਮਾਂ ਕਰਕੇ ਹੀ ਇੱਕ ਦੂਜੇ ਦਾ ਸਾਥ ਬਣਿਆ ਹੋਇਆ ਹੈ। ਪਰ ਅਗਲੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ, ਅੰਤ ਹੈ ਕੋ ਨਾ ਸਹਾਈ, ਪਰ ਹੇ ਮਨੁੱਖ ਤੂੰ ਵੇਖਣਾ ਕਰ ਇਹ ਸਮਝ ਲੈ ਕਿ ਅੰਤ ਸਮਾਂ ਜਿਹੜਾ ਸਾਰਿਆਂ ਦੇ ਉੱਤੇ ਹੀ ਵਾਪਰਨਾ ਹੈ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ, ਫਕੀਰ ਵਾੜੀ ਆਪੋ ਆਪਣੀ, ਕੋਈ ਨਾ ਬੰਦਾ ਧੀਰ ਆਪਣੇ ਆਪਣੇ ਕਰਮਾਂ ਅਨੁਸਾਰ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਜੇ ਇਹ ਕਰਮ ਕਮਾਏ ਤੇ ਹਾਂ ਹੋਏ ਸੀ, ਜੇ ਕੋਈ ਸੰਸਾਰ ਦੇ ਵਿੱਚ ਸੁੱਖ ਭੋਗਦਾ ਹੈ ਉਹ ਵੀ ਉਹਦੇ ਕਰਮਾਂ ਕਰਕੇ ਮਿਲਦਾ ਹੈ, ਜੇ ਕੋਈ ਦੁੱਖ ਭੋਗਦਾ ਹੈ ਉਹ ਵੀ ਉਹਦੇ ਕਰਮਾਂ ਕਰਕੇ ਮਿਲਦਾ ਹੈ। ਕਿਉਂਕਿ ਆਪਣੇ ਕਰਮਾਂ ਦੀ ਖੇਤੀ ਹੈ, ਜਿਵੇਂ ਇੱਕ ਮਾਤਾ ਦੇ ਗਰਭ ਦੇ ਵਿੱਚੋਂ ਦੋ ਬੱਚਿਆਂ ਨੇ, ਜੁੜਵੇਂ ਬੱਚਿਆਂ ਨੇ, ਜਿਨ੍ਹਾਂ ਦੀਆਂ ਪਿੱਠਾਂ ਜੁੜੀਆਂ ਹੋਈਆਂ ਸਨ, ਉਹਨਾਂ ਨੇ ਜਨਮ ਲਿਆ। ਪਰ ਇੱਕੋ ਮਾਂ ਦੇ ਗਰਭ 'ਚੋਂ ਪੈਦਾ ਹੋਣ ਵਾਲੇ ਪਰ ਸੁਭਾਅ ਦੋਵਾਂ ਦਾ ਅਲੱਗ ਅਲੱਗ, ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਇੱਕ ਮਨਮੁਖ ਕਰੈ ਸਿਰ ਰੋਵੈ। ਇੱਕ ਦਾ ਸੁਭਾਅ ਗੁਰਮੁਖ ਵਾਲਾ ਹੈ, ਇੱਕ ਦਾ ਸੁਭਾਅ ਮਨਮੁਖ ਵਾਲਾ ਹੈ, ਭਾਵ ਪ੍ਰਤਪਾਲਣਾ ਤਾਂ ਇੱਕੋ ਜਿਹੀ ਮਾਤਾ ਨੇ ਕੀਤੀ ਹੈ ਦੋਹਾਂ ਬੱਚਿਆਂ ਦੀ, ਪਰ ਸੁਭਾਅ ਦੋਵਾਂ ਦਾ ਅਲੱਗ ਅਲੱਗ ਹੋ ਗਿਆ। ਇੱਕ ਹਰ ਵੇਲੇ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣ ਵਾਲਾ, ਇਹ ਮਾਲਕ ਇਹ ਤੇਰੇ ਹੁਕਮ ਦੇ ਵਿੱਚ ਹੈ, ਹੁਕਮ ਦੇ ਵਿੱਚ ਹੀ ਜੋ ਤੂੰ ਸਾਨੂੰ ਇਹ ਬਖਸ਼ਿਸ਼ ਕੀਤੀ ਹੈ, ਇਹ ਸਾਡੇ ਕਰਮਾਂ ਦੀ ਖੇਤੀ ਹੈ ਜੋ ਸਾਨੂੰ ਪ੍ਰਾਪਤ ਹੋਈ। ਅਤੇ ਦੂਸਰਾ ਹਰ ਵੇਲੇ ਪਰਮਾਤਮਾ ਨੂੰ ਕੋਸਦਾ ਰਹਿੰਦਾ ਕਿ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਬਹੁਤ ਮਾੜਾ ਕੀਤਾ, ਸਾਡੀਆਂ ਪਿੱਠਾਂ ਜੋੜ ਦਿੱਤੀਆਂ, ਭਾਵ ਕਿ ਹਰ ਵਕਤ ਝੂਰਦਾ ਰਹਿੰਦਾ। ਅਤੇ ਗੁਰਮੁਖ ਸੁਭਾਅ ਵਾਲੇ ਨੇ ਆ ਕੇ ਆਵੇ ਵੀਰ ਜੀ ਕੋਈ ਗੱਲ ਨਹੀਂ, ਤੂੰ ਪਰਮਾਤਮਾ ਨੂੰ ਨਾ ਕੋਸਿਆ ਕਰ, ਪਰਮਾਤਮਾ ਨੂੰ ਦੋਸ਼ ਨਾ ਦਿਆ ਕਰ, ਕਿਉਂਕਿ ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣੇ, ਆਪਣੇ ਆਪਣੇ ਕਰਮਾਂ ਦਾ ਦੋਸ਼ ਹੈ ਸਾਨੂੰ ਇਹ ਜੋ ਦੁੱਖ ਮਿਲਿਆ ਹੈ। ਪਰ ਇਸ ਦੁੱਖ ਨੂੰ ਹੁਕਮ ਦੇ ਵਿੱਚ ਹੀ ਮੰਨਣਾ ਪਏਗਾ, ਪਰ ਨਹੀਂ ਮੁੜਿਆ। ਅੰਤ ਨੂੰ ਉਹ ਸਮਾਂ ਵੀ ਆ ਗਿਆ ਕਿ ਇੱਕ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਹੋਇਆ ਉਹਦੀ ਬੰਦ ਖਲਾਸੀ ਹੋ ਗਈ, ਪਰ ਦੂਸਰਾ ਮਨਮੁਖ ਜਿਹੜਾ ਸੀ ਹੁਣ ਉਹ ਹੋਰ ਵੀ ਦੁਖੀ ਹੋ ਗਿਆ, ਕਿਉਂਕਿ ਨਾਲ ਭਰਾ ਦੀ ਲੋਥ ਵੀ ਖਿੱਚਣੀ ਪੈਂਦੀ ਜਿੱਥੇ ਦਿਲ ਹੋਰ ਦੁਖੀ ਹੋ ਗਿਆ। ਇਹ ਹੈ ਪਰਮਾਤਮਾ ਨੂੰ ਦੋਸ਼ ਦੇਣ ਦਾ ਫਲ, ਕਿ ਜੇ ਪਰਮਾਤਮਾ ਨੂੰ ਆਪਾਂ ਦੋਸ਼ ਦਿੰਦੇ ਹਾਂ ਤਾਂ ਆਪਾਂ ਹੀ ਦੁਖੀ ਹੁੰਦੇ ਹਾਂ। ਜੇ ਉਹਦੇ ਹੁਕਮ ਦੇ ਵਿੱਚ ਰਹਿ ਪਈਏ, ਕਿਉਂਕਿ ਸਤਿਗੁਰੂ ਕਹਿੰਦੇ ਨੇ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਮਹਾਰਾਜ ਜੀ ਮੇਰੇ ਹਰ ਜੀਓ ਸਭ ਤੋਂ ਤੇਰਾ ਵਸ ਹੈ,
ਅਸਾ ਜ਼ੋਰ ਨਾ ਹੀ ਦੇ ਕੇ ਚਿਕਾਰ ਹਮ ਸਾਕੈ। ਸਾਡੇ ਵਿੱਚ ਕੀ ਤਾਕਤ ਹੈ? ਸਾਡੇ ਵਿੱਚ ਕੋਈ ਤਾਕਤ ਨਹੀਂ ਹੈ, ਕੋਈ ਬਲ ਨਹੀਂ ਹੈ, ਪਰ ਅਸੀਂ ਇੱਕ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰ ਸਕਦੇ ਹਾਂ। ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਆਉਣ ਹਮਾਰੇ ਦਇਆ ਕਰੋ ਕਿ ਸ਼ਮੇਰ ਪਾਓ। ਇਹ ਸਤਿਗੁਰੂ ਸਾਡੇ 'ਤੇ ਦਇਆ ਕਰੋ, ਰਹਿਮਤ ਕਰੋ, ਕਿਉਂਕਿ ਇਹ ਸਾਡਾ ਸਰੀਰ ਜਿਹੜਾ ਹੈ ਕੂੜ ਕੁਸਤ ਦਾ ਭਰਿਆ ਹੋਇਆ ਹੈ। ਇਹ ਸਰੀਰ ਕੂੜ ਕੁਸਤ ਭਰਿਆ, ਗਲ ਤਾਂ ਹੀ ਪਾਪ ਕਮਾਏ, ਗਲ ਤਾਂ ਹੀ ਪਾਪ ਕਮਾਉਂਦਾ ਹੈ, ਇਤਨੇ ਇੱਕ ਛਿਣ ਛਿਣ ਦੇ ਵਿੱਚ ਹੀ ਇਹ ਪਾਪ ਕਰਦਾ ਹੈ। ਕਿ ਮਾਲਕ ਅਸੀਂ ਤੇਰੀ ਸ਼ਰਮ ਦੇ ਵਿੱਚ ਆਇਆ ਹਾਂ, ਤੋ ਆਪ ਕਿਰਪਾ ਰਹਿਮਤ ਕਰੋ, ਦਇਆ ਕਰੋ, ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਉਹ ਪੱਥਰ ਦੇ ਨਿਆਈ ਜਿਹੜੇ ਸਾਡੇ ਪਾਪ ਨੇ ਜਿਹੜੇ ਭਾਰੇ ਪਏ ਨੇ ਸਾਡੇ 'ਤੇ, ਇਹ ਮਾਲਕ ਜੀ ਤੁਸੀਂ ਚਾਹੋ ਕਿ ਉਹਨਾਂ ਨੂੰ ਨਿਵਿਰਤ ਕਰ ਦਿੰਦੇ ਹੋ, ਕਸ਼ਮੀਰ ਦੇ ਵਿੱਚ ਹੀ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇੱਕ ਸ਼ਿਵ ਦੇ ਵਿੱਚ ਹੀ ਸਤਿਗੁਰੂ ਬਖਸ਼ ਲੈਂਦੇ ਨੇ। ਇੱਕ ਸਿਰਫ ਅਰਦਾਸ ਕਰਨੀ ਹੈ, ਸਤਿਗੁਰ ਸੱਚੇ ਪਾਤਸ਼ਾਹ ਚਰਨਾਂ ਵਿੱਚ ਹਮ ਆਵਗੁਣ ਭਰੇ ਏਕ ਗੁਣ ਨਾਹੀ। ਆਪਣੇ ਆਪ ਦੇ ਹਉਮੈ ਨੂੰ ਤਿਆਰ ਕਰਨੀ, ਆਪਣਾ ਆਪ ਭਾਵ ਬਾਹਰ ਰੱਖ ਕੇ ਆਉਣਾ ਹੈ। ਇਸ ਦਰਬਾਰ ਦੇ ਵਿੱਚ ਆਉਣ ਤੋਂ ਪਹਿਲਾਂ ਆਪਣੇ ਆਪ ਭਾਵ ਹਉਮੈ ਨੂੰ ਆਪਣੇ ਆਪ ਨੂੰ ਜਣਾਉਣਾ ਕਿ ਮੈਂ ਕੁਝ ਹਾਂ। ਇੱਥੇ ਤਾਂ ਜਿਹੜਾ ਬੰਦਾ ਖਾਲੀ ਹੋ ਕੇ ਆਉਂਦਾ ਨਾ, ਉਹੀ ਕੁਝ ਲੈ ਕੇ ਜਾਂਦਾ ਹੈ। ਜਿਹੜਾ ਪਹਿਲਾਂ ਹੀ ਭਰਿਆ ਹੋਵੇ ਉਹਦੇ ਵਿੱਚ ਕੀ ਪੈਣਾ ਹੈ? ਜਦੋਂ ਸਾਡੇ ਸਰੀਰ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਭਰੀ ਭੇਦ ਵਿਕਾਰ ਭਰੇ ਹੋਏ, ਫਿਰ ਇੱਥੇ ਆ ਕੇ ਆਪਾਂ ਗੁਰੂ ਦੇ ਚਰਨਾਂ ਵਿੱਚ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਹਮ ਅਵਗੁਣ ਭਰੇ ਇਹ ਗੁਣ ਨਾ ਹੀ, ਸਤਿਗੁਰ ਜੀ ਅਸੀਂ ਤਾਂ ਅਵਗੁਣਾਂ ਦੇ ਭਰੇ ਹੋਏ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ ਹੈ। ਇਹ ਗੁਣ ਨਾ ਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਏ, ਅੰਮ੍ਰਿਤ ਰੂਪੀ ਨਾਮ ਨੂੰ ਛੱਡ ਕਰਕੇ ਜ਼ਹਿਰ ਰੂਪੀ ਪਦਾਰਥਾਂ ਨੂੰ ਖਾ ਰਹੇ ਹਾਂ। ਉਹ ਜ਼ਹਿਰ ਰੂਪੀ ਵਿਕਾਰ ਜਿਹੜੇ ਨੇ, ਨਿੰਦਾ ਦੁਸ਼ਟ, ਇਹ ਜਿਹੜੇ ਸਾਡੇ ਮਨ ਵਿੱਚ ਭਰੇ ਹੋਏ ਨੇ, ਦਵੈਤ ਭਾਵਨਾ ਭਰੀ ਹੋਈ ਹੈ, ਇੱਕ ਦਾ ਦੂਸਰੇ ਦਾ ਬੁਰਾ ਕਰਨਾ ਸੋਚਣਾ, ਇਹ ਸਾਡੇ ਮਨ ਵਿੱਚ ਭਰਿਆ ਹੋਇਆ ਹੈ। ਇਹ ਮਾਲਕ ਜੀ ਆਪ ਕਿਰਪਾ ਰਹਿਮਤ ਕਰੋ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ। ਇਹ ਮਾਇਆ ਜਿਹੜੀ ਹੈ ਇਹਨੇ ਸਾਡੇ ਮਨ ਨੂੰ ਭਰਮਾਇਆ ਹੋਇਆ, ਮੋਹ ਨੇ ਸਾਡੇ ਮਨ ਨੂੰ ਭਰਮਾਇਆ ਹੋਇਆ, ਤੁਹਾਡੇ ਤੋਂ ਦੂਰ ਕੀਤਾ ਹੋਇਆ। ਮਾਇਆ ਮੋਹ ਭਰਮ ਪੈ ਭੂਲੇ, ਸੁੱਧ ਦਾ ਰਾਸਿਓਂ ਪ੍ਰੀਤ ਲਗਾਈ। ਪ੍ਰੀਤ ਕਿਹਨਾਂ ਲੱਗੀ ਹੋਈ ਹੈ? ਲੱਗਣੀ ਤਾਂ ਸਤਿਗੁਰੂ ਨਾਲ ਸੀ ਪ੍ਰੀਤ, ਪਿਆਰ ਤਾਂ ਸਤਿਗੁਰਾਂ ਨਾਲ ਕਰਨਾ ਸੀ। ਜਿਵੇਂ ਸਾਹਿਬ ਦੀ ਬਾਣੀ ਚ ਆਖਦੇ ਨੇ ਭਗਤ ਰਵਿਦਾਸ ਜੀ, ਸੱਚੀ ਪ੍ਰੀਤ ਹਮ ਤੁਮ ਸਿਉਂ ਜੋਗ। ਸੱਚੀ ਪ੍ਰੀਤ ਤਾਂ ਪਰਮਾਤਮਾ ਦੇ ਨਾਲ ਪਾਉਣੀ ਸੀ, ਜਿਹੜੀ ਸਾਡੀ ਹਮੇਸ਼ਾ ਸਾਥ ਦੇਣ ਵਾਲੀ ਹੈ, ਪਰ ਪ੍ਰੀਤ ਕਿੱਥੇ ਲਾਈ ਹੈ? ਸੁੱਖ ਦਾਰਾ ਸੋ ਪ੍ਰੀਤ ਲਗਾਈ, ਘਰ ਦੇ ਵਿੱਚ ਹੀ ਸਾਡੀ ਪ੍ਰੀਤ ਲੱਗੀ ਹੋਈ, ਘਰ ਦੇ ਵਿੱਚ ਹੀ ਪਿਆਰ ਸਾਡਾ ਬਣਿਆ ਹੋਇਆ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਇਸ ਸੰਗਤ ਦੇ ਵਿੱਚ ਆ ਕਰਕੇ ਇਹ ਉਹ ਪੰਥ ਹੈ, ਇਹ ਉਹ ਉੱਤਮ ਰਸਤਾ ਹੈ ਜਿੱਥੇ ਆ ਕਰਕੇ ਮਨੁੱਖ ਨੂੰ ਗਿਆਨ ਮਿਲਦਾ ਹੈ, ਗਿਆਨ ਦੀ ਰੋਸ਼ਨੀ ਮਿਲਦੀ ਹੈ, ਗਿਆਨ ਭਾਵ ਸੋਝੀ ਆਉਂਦੀ ਹੈ ਕਿ ਮੈਂ ਸੰਸਾਰ ਵਿੱਚ ਕੀ ਕਰ ਰਿਹਾ ਹਾਂ, ਕੀ ਕਰਨ ਵਾਸਤੇ ਆਇਆ ਹਾਂ,
ਮੇਰੇ ਨਾਲ ਕੀ ਜਾਣਾ ਹੈ, ਕੀ ਇੱਥੇ ਰਹਿ ਜਾਣਾ ਹੈ, ਇੱਥੇ ਆ ਕੇ ਉਹ ਗਿਆਨ ਪ੍ਰਾਪਤ ਹੁੰਦਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਥੇ ਜਿਹਨੇ ਮਨ ਨੂੰ ਜੋੜ ਲਿਆ, ਫਿਰ ਜਮ ਦੀ ਤਰਾਸ ਜਿਹੜੀ ਭਾਵ ਦੁੱਖਾਂ ਦਾ ਜਿਹੜਾ ਪਹਾੜ ਹੈ ਉਹ ਦੂਰ ਹੋ ਜਾਂਦਾ ਹੈ, ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ। ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਹ ਸਤਿਗੁਰੂ ਜੀ ਸਾਡੀ ਅਰਦਾਸ ਹੈ ਕਿ ਤੁਸੀਂ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ, ਕਿਰਪਾ ਕਰੋ, ਰਹਿਮਤ ਕਰੋ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਦੁੱਖ ਸੁੱਖ ਇਸ ਸਰੀਰ ਦੇ ਨਾਲ ਹੈ, ਆਪਣੇ ਆਪਣੇ ਕਰਮਾਂ ਅਨੁਸਾਰ ਹੀ ਮਨੁੱਖ ਦੁੱਖ ਸੁੱਖ ਭੋਗ ਕੇ ਉਸ ਬਖਸ਼ੀ ਹੋਈ ਪੂੰਜੀ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਉਹਦੇ ਹੁਕਮ ਦੇ ਵਿੱਚ ਹੀ ਸੰਸਾਰ ਤੋਂ ਚਲਿਆ ਜਾਂਦਾ ਹੈ। ਉਸ ਪ੍ਰਾਣੀ ਦੇ ਨਿਮਿੱਤ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਸਾਰੀ ਸੰਗਤ ਨੇ ਪਿਆਰ ਸਹਿਤ ਇਹੀ ਅਰਦਾਸ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੇ ਦਿਨ ਰਾਤੀ। ਅਤੇ ਹਮੇਸ਼ਾ ਹੀ ਅਸੀਂ ਤੁਹਾਡੇ ਹੁਕਮ ਦੇ ਵਿੱਚ ਰਹੀਏ, ਹੁਕਮ ਦੇ ਵਿੱਚ ਚੱਲਣਾ ਸਿੱਖ ਲਈਏ, ਤਾਂ ਹੀ ਸਾਨੂੰ ਸੁੱਖ